ਬਾਈ ਦੀ ਵੀਡੀਓ ਦੇਖੋ ਨਾ ਅਪਾ ਇੰਸਟਾਗ੍ਰਾਮ ਤੇ ਨਾਗ ਦੀ ਮੱਛੀ ਲੈ ਆਏ ਤੁਹਾਡੇ ਵਾਸਤੇ ਸਾਰੀਆਂ ਪਹਿਲੇ ਨਾਮ ਦੀਆਂ ਗਾਰਾਂ ਮਿਲੀਆਂ ਜਿਵੇਂ ਵਰਨਾ ਪਹਿਲੇ ਨਾਮ ਦੀਆਂ ਅਸੀਂ ਐਵੇਂ ਸਾਰੀਆਂ ਅਲਟੋਆਂ ਵੀ ਪਹਿਲੇ ਨਾਮ ਦੀਆਂ ਗਾਰਾਂ ਵਧੀਆ ਰਹਿਣਗੀਆਂ ਪੂਰੀਆਂ ਬਿਲਕੁਲ ਵਧੀਆ ਰਹਿਣਗੀਆਂ ਕੋਈ 30000 ਚੱਲੀ ਐ ਕੋਈ 40000 ਚੱਲੀ ਐ ਕੋਈ 50000 ਚੱਲੀ ਐ ਦੇਖ ਲੈ ਬਾਈ ਕਾਪੜਾ ਮਰੀ ਨਾ ਗਾਰੰਟੀ ਦਿੰਦਾ ਕਾਰ ਫਰੀ ਦੇ ਦਾਂਗੇ ਜੇ ਕੋਈ ਮੀਟਰ ਬੈਗ ਹੋਵੇ ਕਿਸੇ ਕਾਰ ਦਾ ਪੱਕਾ ਬਿਲਕੁਲ ਵੀਰੇ ਪੱਕਾ ਇਹ ਪੰਜਾਬ ਨੰਬਰ ਦੀ ਐ ਓਕੇ ਬਾਈ ਇਹ 11 ਮਾਡਲ ਐ ਇਹ ਸਿਰਫ 80000 ਰੁਪਇਆ ਦੇ ਕੇ ਕਾਰ ਦੇ ਦਾਂਗੇ 80000 ਰੁਪਇਆ ਇਹ ਸਿਰਫ 35000 ਚੱਲੀ ਕਾਰ ਹੈ 35000 ਜੇ ਮੀਟਰ ਬੈਗ ਹੋਵੇ ਮੀਟਰ ਬੈਗ ਹੋਊਗਾ ਪੱਕਾ ਬਾਈ ਕਾਰ ਫਰੀ ਦੇ ਦਾਂਗੇ ਆ ਨੰਬਰ ਗੱਡੀ ਦਾ ਨੰਬਰ ਚੈੱਕ ਕਰ ਲੋ ਰਿਕਾਰਡ ਚੈੱਕ ਕਰਵਾ ਲੋ ਕਾਰ ਫਰੀ ਦੇ ਦਾਂਗੇ ਜੇ ਮੀਟਰ ਬੈਕ ਹੋਵੇ ਸਿਰਫ 35000 ਜੱਲੀ ਹੈ ਮੰਨ ਕੇ ਚੱਲੋ ਵੀ ਆਲਟੋ ਦੇ ਨਾਲ ਸਭ ਤੋਂ ਜਿੱਥੇ ਏਸੀ ਵਾਲਾ ਪਾਈਪ ਹੁੰਦਾ ਇੱਥੇ ਰਸਟਿੰਗ ਆਉਣੀ ਕੰਪਲਸਰੀ ਹੈ ਇੱਥੇ ਹਾਂ ਪਰ ਆਪਣੀ ਕਿਸੇ ਵੀ ਕਾਰ ਦੇ ਇੱਥੇ ਕੋਈ ਰਸਟਿੰਗ ਨਹੀਂ ਇੱਥੇ ਆਉਂਦੀ ਆਉਂਦੀ ਹੈ ਜਿਹੋ ਜਿਹਾਂ ਰੇਟ ਦੇ ਦਾਂਗੇ ਕਿ ਨਾਈ ਰੇਟ ਤੇ ਮਿਲਣੀ ਇਹੋ ਜੀ ਕੰਡੀਸ਼ਨ ਚ ਕਾਰ ਆ ਠੀਕ ਹੈ ਸਿਰਫ 90000 ਰੁਪਇਆ ਮਰੇ ਝੂਠ ਨਾ ਚੂੜਤਾ ਨਹੀਂ ਵੀਰੇ ਝੂਠ ਸੱਚ ਦਵਾਂਗਾ ਨੰਬਰ ਨੋਟ ਕਰ ਲੈਣ ਗੱਡੀ ਦਾ ਆਹ ਨੋਟ ਹਾਂ ਨੰਬਰ ਨੋਟ ਕਰ ਲੈ 9923 ਠੀਕ ਹੈ ਜੀ 14 15 14 15 ਨੰਬਰ ਆ ਕਾਰ ਦਾ ਜੇ ਮੀਟਰ ਬੈਕ ਹੋਇਆ ਤਾਂ ਮੈਂ ਆਪ ਆ ਕੇ ਫ੍ਰੀ ਦਵਾਉਂਗਾ ਪੱਕਾ ਵੀ ਦੇ ਮੁੱਕੀ ਨਾ ਦੋ ਵੀਰੇ ਨਹੀਂ ਮੁੱਕਦੇ ਵੀਰੇ ਹਾਂ ਹਾਂਜੀ ਭਾਈ ਜੀ ਸਸਕੀ ਕਾਲ ਜੀ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਹੋ ਮੰਗੇ ਅੱਜ ਆਪਾਂ ਖੜਿਆਂਗੇ ਮੂਣਕ ਸ਼ਹਿਰ ਜ਼ਿਲ੍ਹੇ ਸੰਦੂਰ ਦੇ ਵਿੱਚ ਬਾਈ ਪ੍ਰਦੀਪ ਆਪਣੇ ਨਾਲ ਆ ਗੱਲਬਾਤ ਖੜਾਂਗੇ ਪੀਵੀ 13 ਕਾਰ ਵਯਾਰ ਮਿੰਨੀ ਕਾਰ ਵਯਾਰ ਹੈ ਨਾ ਮਿੰਨੀ ਕਾਰ ਵਯਾਰ ਉਹ ਇਹ ਆਪਾਂ ਕਈ ਵਾਰ ਟਾਈਟਲ ਲਿਖਦੇ ਆ ਕਿ ਦੇਸੀ ਬੰਦੇ ਨੇ ਖੋਲਿਆ ਕਾਰ ਵਯਾਰ ਬਾਈ ਆਪ ਆ ਸੰਗਰੂਰੀ ਵਾਲੇ ਹੁੰਦੇ ਤਾਂ ਵੈਸੇ ਉਮੀ ਦੇਸੀ ਆ ਬਾਈ ਹੈ ਨਾ ਪਰ ਜਦੋਂ ਬਾਈ ਤੁਸੀਂ ਮਿਲੋਗੇ ਤੁਸੀਂ ਕਹੋਗੇ ਵਾਕੇ ਵੀ ਹਾਂ ਯਾਰ ਬੰਦੇ ਆਪਦੇ ਵਰਗੇ ਬੰਦੇ ਨੇ ਤੇ ਬਾਈ ਨਾਲ ਗੱਲਬਾਤ ਕਰਾਂਗੇ ਅੱਜ ਤੇ ਗੱਡੀਆਂ ਐਸੀਆਂ ਲੈ ਕੇ ਆਏ ਬਾਈ ਛੋਡੇ ਬਜਟ ਦੀਆਂ ਤੇ ਪੂਰੀਆਂ ਘੈਂਟ ਕਾਰਾਂ ਜਿਹੜੀ ਤੁਹਾਨੂੰ ਚਾਹੀਦੀ ਹੈਗੀ ਪਰ ਗੱਡੀ ਹੋਗੀ ਉਹ ਵੀ ਜਿਹੜੀ 2 ਲੱਖ ਤੋਂ ਥੱਲੇ ਥੱਲੇ ਦੇ ਬੱਜੜਦੀ ਹੈ ਨਾ ਬਾਈ ਬਿਲਕੁਲ ਵੀਰੇ 2 ਲੱਖ ਤੋਂ ਥੱਲੇ ਥੱਲੇ ਬਾਈ ਸਸੀ ਗੱਲ ਸਸੀ ਗੱਲ ਜੀ ਪਹਿਲਾਂ ਤਾਂ ਸਵਾਗਤ ਹੈ ਵੀਰੇ ਤੇ ਪੇਜ ਦੇ ਉੱਪਰ ਕਿਹੜੀ ਕਿਹੜੀ ਗੱਡੀਆਂ ਤੇ ਕੀ ਲੋਡ ਪੈ ਗਈ ਬਾਈ ਦੂਜਾ ਕਾਰ ਆ ਵਿਆਰ ਕਰਨ ਦੀ ਉਹ ਵੀ ਮਿੰਨੀ ਵਾਲਾ ਨਾ ਪਤਾ ਬਹੁਤ ਭਰਾਵਾਂ ਦੀ ਸ਼ਿਕਾਇਤ ਹੁੰਦੀ ਸੀ ਵੀ ਘੱਟ ਰੇਟ ਵਾਲੀਆਂ ਲੈ ਕੇ ਆਓ ਸਾਰੀਆਂ ਵਰਨਾ ਨੇ ਵੱਡੇ ਬਜਟ ਦੀਆਂ ਨੇ ਤੇ ਘੱਟ ਰੇਟ ਵਾਲੀਆਂ ਹੀ ਆਪਾਂ ਲੈ ਕੇ ਆਏ ਆ ਘੱਟ ਰੇਟ ਇਹ ਸਿਰਫ ਮਿੰਨੀ ਕਾਰ ਵਿਆਰ ਤੇ 2 ਲੱਖ ਤੋਂ ਥੱਲੇ ਥੱਲੇ ਹੀ ਹੋਣਗੀਆਂ ਜਿੰਨੀਆਂ ਵੀ ਕਾਰਾਂ ਹੋਣਗੀਆਂ ਮਾਨ ਲੇ ਕਿ ਚਲੋ ਵੀ 70-80 ਹਜ਼ਾਰ ਤੋਂ ਸਟਾਰਟ ਕਰ ਦਾਂਗੇ 2 ਲੱਖ ਦੇ ਵਿੱਚ ਵਿੱਚ 2 70-80 ਹਜ਼ਾਰ ਤੋਂ ਲੈ ਕੇ 2 ਲੱਖ ਦੇ ਵਿੱਚ ਵਿੱਚ ਹਾਂਜੀ ਆਲਟੋ ਆਵਲੇ ਲੋ ਜਿਆਦਾ ਨਹੀਂ ਮੈਂ ਦੇਖ ਰਹਿਣਾ ਹਾਂ ਆਲਟੋਆਂ ਇਹਨੇ ਸਾਰੀਆਂ ਬਸ ਇੱਕੋ ਆਈਟਮ ਹੈ ਇੱਕੋ ਆਈਟਮ ਹੈ ਨਾ ਲਓ ਬਾਈ ਜੀ ਆਪਣੇ ਲਈ 7-8 ਕਾਰਾਂ ਰਹਿਣਗੀਆਂ ਠੀਕ ਹੈ ਜੀ ਆਲਟੋਆਂ ਤੇ ਇੱਕ ਆਈਟਮ ਹੋਗੀ ਕਿਹੜੇ ਬਾਈ ਨੇ ਆਲਟੋ ਲੈਣੀ ਆ ਤਾਂ ਬਸ ਵੀ ਐਂਡ ਤੱਕ ਦੇਖਿਓ ਵੀਡੀਓ ਨੂੰ ਤੇ ਹੋ ਸਕਦਾ ਤੁਹਾਡੇ ਮਤਲਬ ਦੀ ਉਰੇ ਆਲਟੋ ਮਿਲ ਜੇ 7-8 ਕ ਬੰਦੇ ਨਹੀਂ ਸਿਉਣੀਆਂ ਤੇ ਬਈ ਕੋਈ ਗੱਡੀਆਂ 'ਚ ਕਮੀ ਹੈਗੀ ਆ ਨਾ ਕਮੀ ਤਾਂ ਕੋਈ ਨਹੀਂ ਬਸ ਇੱਕੋ ਕਮੀ ਹੈ ਚਲਾਣ ਵਾਲੇ ਦੀ ਚਲਾਣ ਵਾਲੇ ਹੁਣ ਬਾਈ ਜੀ ਉਹ ਥੋਨੇ ਪੂਰੀ ਕਰਨੀਏ ਕਾਲ ਕਰ ਲਿਓ ਤੇ ਦਿਖਾਵਾਂ ਪਹਿਲੀ ਕਾਰ ਬਈ ਪਹਿਲੀ ਕਾਰ ਨਾਗ ਤੋਂ ਫਰੀ ਕਰ ਲਈਏ ਬਾਈ ਦੀ ਵੀਡੀਓ ਦੇਖ ਲਓ ਨਾ ਆਪਾਂ ਇੰਸਟਾਗ੍ਰam ਤੇ 나ਗ ਦੀ ਮੱਛੀ ਲੈ ਆਏ ਤੁਹਾਡੇ ਵਾਸਤੇ ਕੀ ਡੀਟੇਲ ਹੈ ਬਾਈ ਇਹਦੀ ਇਹ 13 ਮਾਡਲ ਹੈ ਫਰਸਟ ਓਨਰ ਦੀ ਕਾਰ ਹੈ ਹਾਂਜੀ ਦਿੱਲੀ ਨੰਬਰ ਹੈ ਤੇ ਸਾਰੀ ਕਾਰ ਟੋਟਲ ਮੰਨ ਕੇ ਚਲੋ ਵੀ ਆਲਮੋਸਟ ਰੀਜਨਲ ਹੈ ਸਿਰਫ ਬੰਪਰ ਬੰਪਰੀ ਆਪਾਂ ਪੇਂਟ ਕਹਿ ਸਕਦੇ ਹਾਂ ਓਕੇ ਤੇ ਟਾਇਰ ਤੁਸੀਂ ਵੇਖ ਲਓ ਕੰਡੀਸ਼ਨ ਟਾਇਰਾਂ ਦੀ ਅਸੀਂ 90 ਪੈਸੇ ਟਾਇਰ ਨੇ ਹਾਂਜੀ ਬਿਲਕੁਲ ਨਵੀਂ ਕੰਡੀਸ਼ਨ ਦੀ ਕਾਰ ਹੈ ਓਕੇ ਮਾਡਲ ਕਿੰਨਾ ਸੀ 2013 13 ਮਾਡਲ ਲਓ ਗੁਰਪ੍ਰੀਤ ਆਇਆ ਇੱਕ ਵਾਰ ਅੰਦਰ ਉਹ ਦਿਖਾ ਦਈਏ ਆਪਾਂ ਕਾਰ ਨੂੰ ਹਣਾ ਲਓ ਭਾਈ ਜੀ ਜਿਹੜੇ ਕਾਲੇ ਰੰਗ ਦੀ अल्टੋ ਤੇ 13 ਮਾਡਲ ਲੈਣਾ ਚਾਹੁੰਦੇ ਨੇ ਨੰਬਰ ਹੈਗਾ ਦਿੱਲੀ ਐਨਓਸੀ ਤਾਂ ਮਿਲ ਜੂ ਭਾਈ ਹਾਂ ਐਨਓਸੀ ਮਿਲ ਜੂ ਐਨਓਸੀ ਦਾ ਕੋਈ ਖਰਚਾ ਤਾਂ ਨਹੀਂ ਕੋਈ ਖਰਚਾ ਨਹੀਂ ਐਨਓਸੀ ਦਾ ਖਰਚਾ ਸਾਡਾ ਠੀਕ ਆ ਭਾਈ ਲਓ ਜੀ ਸੀਟ ਕਵਰ ਪੂਰੇ ਵਧੀਆ ਪਾਵਰ ਸਟੀering ਹੈ ਭਾਈ ਇਹ ਪਾਵਰ ਸਟੀering K10 ਹੈ K10 ਠੀਕ ਆ ਭਾਈ ਲਓ ਜੀ ਇੱਕ ਵਾਰ ਗੁਰਪ੍ਰੀਤ ਬੈਕ ਸ਼ੈੱਡ ਤੋਂ ਦਿਖਾ ਦੂਗਾ ਕਾਰ ਨੂੰ ਲਓ ਜੀ ਬਿਲਕੁ ਮਾਡਲ ਸੀ 13 ਓਨਰ ਓਨਰ ਫਸਟ ਪਹਿਲੇ ਨਾਮ ਦੀ ਕਾਰ ਹੈ ਨਾ ਪਹਿਲੇ ਨਾਮ ਸਾਰੀਆਂ ਪਹਿਲੇ ਨਾਮ ਦੀਆਂ ਕਾਰਾਂ ਮਿਲਦੀਆਂ ਜਿਵੇਂ ਵਰਨਾ ਪਹਿਲੇ ਨਾਮ ਦੀਆਂ ਸੀ ਐਵੇਂ ਸਾਰੀਆਂ ਅਲਟੋਆਂ ਵੀ ਪਹਿਲੇ ਨਾਮ ਦੀਆਂ ਕਾਰਾਂ ਵਧੀਆ ਰਹਿਣਗੀਆਂ ਪੂਰੀਆਂ ਬਿਲਕੁਲ ਵਧੀਆ ਰਹਿਣਗੀਆਂ ਕੋਈ 30000 ਚੱਲੀ ਐ ਕੋਈ 40000 ਚੱਲੀ ਐ ਕੋਈ 50000 ਚੱਲੀ ਐ ਦੇਖ ਲੈ ਬਾਈ ਗੱਪ ਨਾ ਮਾਰੀ ਨਾ ਗਾਰੰਟੀ ਦਿੰਦਾ ਕਾਰ ਫਰੀ ਦੇ ਦਾਂਗੇ ਜੇ ਕੋਈ ਮੀਟਰ ਬੈਗ ਹੋਵੇ ਕਿਸੇ ਕਾਰ ਦਾ ਪੱਕਾ ਬਿਲਕੁਲ ਵੀਰੇ ਪੱਕਾ ਇਹ ਕਿੰਨੀ ਚੱਲੀ ਸੀਗੀ ਇਹ 48000 ਚੱਲੀ ਐ 48000 ਲਓ ਬਾਈ ਸਿਰਫ 48000 ਕਿਲੋਮੀਟਰ ਚੱਲੀ ਹੋਈ ਇਹਦਾ ਸਿਰਫ 215000 ਰੁਪਿਆ 13 ਮਾਡਲ ਹੈ 215000 ਹਾਂਜੀ ਲਓ ਬਾਈ ਜੀ ਐਨਓਸੀ ਜਿਹੜੇ ਮਰਜੀ ਜਿੱਥੋਂ ਮਰਜੀ ਦੀ ਐਨਓਸੀ ਆਲ ਇੰਡੀਆ ਦੀ ਆਲ ਇੰਡੀਆ ਦੀ ਫ੍ਰੀ ਐਨਓਸੀ ਠੀਕ ਹੈ ਬਾਈ ਲਓ ਬਾਈ ਆਲ ਇੰਡੀਆ ਐਨਓਸੀ ਤੁਹਾਨੂੰ ਫ੍ਰੀ ਦਿੱਤੀ ਜਾਊਗੀ ਤੇ ਕਾਰ ਹੈਗੀ ਪੂਰੀ ਵਧੀਆ 48000 ਕਿਲੋਮੀਟਰ ਚੱਲੀ ਟਾਇਰ ਵਧੀਆ ਪਏ ਨੇ ਬਾਕੀ ਸਾਰਾ ਕੁਝ ਵਧੀਆ ਬਾਈ ਹੈਨਾ ਬਿਲਕੁਲ ਸਾਰੀ ਕਾਰ ਵਧੀਆ ਸਰਵਿਸ ਹੋਈ ਹੋਈ ਹੈ ਕੁਝ ਨਹੀਂ ਕਰੋਣਾ ਕੱਲਾ ਪੈਟਰੋਲ ਪਾਉਣੀ ਹੈ ਤੇ ਇੱਕ ਬੰਦਾ ਚਲਾਉਣ ਵਾਲਾ ਚਾਹੀਦਾ ਜਿਹਦੀ ਕਮੀ ਹੈ ਤੇ ਕਾਰ ਲੈ ਜਾਓ ਠੀਕ ਹੈ ਭਾਈ ਜੀ ਬਹੁਤ ਕਹਿੰਡ ਕਾਰਾ ਤੇ ਅਗਰ ਉਸ ਤੋਂ ਬਾਅਦ ਭਈਆ ਉਹਦਾ ਲੋਨ ਕਰਾਉਣਾ ਦਾ ਲੋਸੀ ਲੋਨ ਕਰਵਾ ਸਕਦੇ ਹੋ ਤੁਸੀਂ ਤਾਂ ਲੋਨ ਕਰਵਾ ਕੇ ਕਹਿੰਦੇ ਭਾਈ ਅਸੀਂ ਲੋਨ ਵੀ ਕਰਵਾ ਦਾਂਗੇ ਕਰਵਾ ਦੋਗੇ ਕਰਵਾ ਦਾਂਗੇ ਕਿੰਨੇ ਪੈਸੇ ਦੇਗੇ 1 ਲੱਖ ਰੁਪਏ ਦੇ ਕੇ 1 ਲੱਖ ਰੁਪਏ ਦੇ ਕੇ ਤੇ ਇਹ ਮੰਨ ਲਓ ਜੇ ਲੋਨ ਕਰਵਾਉਣੇ ਬੰਦਾ ਕਿੱਥੇ ਕਿੱਥੇ ਤੱਕ ਦਾ ਲੋਨ ਕਰਵਾ ਦੂੰ ਤੁਸੀਂ ਪੰਜਾਬ ਪੰਜਾਬ ਦਾ ਕਰਾ ਦਾਂਗੇ ਪੰਜਾਬ ਪੰਜਾਬ ਦਾ ਲੋ ਜੀ ਆਲ ਓਵਰ ਪੰਜਾਬ ਦਾ ਲੋਨ ਵੀ ਹੋ ਜਾਓ ਠੀਕ ਹੈ ਜੀ ਅਗਲੀ ਕਾਰ ਵੀਰੇ ਕਾਲੀ ਨਾਗਣੀ ਅਗੇ ਨਾ ਇਹ ਪੰਜਾਬ ਨੰਬਰ ਦੀ ਹੈ ਓਕੇ ਭਾਈ ਇਹ 11 ਮਾਡਲ ਹੈ ਇਹ ਸਿਰਫ 80000 ਰੁਪਿਆ ਦੇ ਕੇ ਕਾਰ ਦੇ ਦਾਂਗੇ 80000 ਰੁਪਿਆ ਦੇ ਕੇ ਹਾਂ ਬਾਕੀ ਲੋਨ ਹੋ ਜਾਊਗਾ ਬਾਕੀ ਲੋਨ ਹੋ ਜਾਊ ਬਸ ਸਿੰਬਲ ਸਹੀ ਹੋਵੇ ਬੰਦੇ ਦਾ ਠੀਕ ਹੈ 80000 ਰੁਪਿਆ ਦੇ ਕੇ ਲੋਨ ਹੋ ਜਾਊਗਾ ਬਾਕੀ ਇਹ ਕਿੰਨੇਵੇਂ ਨਾਮ ਦੀ ਕਾਰ ਹੈ ਇਹ ਸੈਕੰਡ ਓਨਰ ਦੀ ਕਾਰ ਹੈ ਇਹ ਦੂਜੇ ਨਾਮ ਦੀ ਕਾਰ ਹੈ ਨਾ ਪੰਜਾਬ ਨੰਬਰ ਕਾਰ ਹੈ ਸਾਰੀ ਓਰੀਜਨਲ ਕਾਰ ਹੈ ਬਹੁਤ ਨਵੀਂ ਕਾਰ ਹੈ ਭਾਈ ਜੀ ਓਰੀਜਨਲ ਕਾਰ ਤੇ ਪਾਵਰ ਵਿੰਡੋ ਵੀ ਲਾਰਖੀ ਹੈ ਵਿੱਚ ਨਾ ਹਾਂ K10 ਹੈ ਵੀਰੇ K10 11 ਮਾਡਲ ਹੈ VXI ਲੋ ਜੀ 11 ਮਾਡਲ K10 VXI ਪਾਵਰ ਵਿੰਡੋ ਤੇ ਮਿਰਰ ਲੋਕਿੰਗ ਦੇ ਨਾਲ ਪਨਕਾਰ ਮਿਲ ਰਹੀ ਹੈਗੀ ਕਾਰ ਬਹੁਤ ਨਵੀਂ ਘਾਰ ਆ ਵੀਰੇ ਸਾਰੀ ਲਓ ਜੀ ਬੈਕ ਸਾਈਡ ਤੋਂ ਅਲਾਈ ਵੀ ਦੇਖੋ ਭਾਈ ਅਲਾਈ ਬਿਲਕੁਲ ਬ੍ਰਾਂਡ ਨਿਊ ਲਾਇਨ ਹੈ ਨਾ ਲਾਇਏ ਪੂਰੇ ਟਾਪ ਦੇ ਨੇ ਕਾਰ ਦੇ ਡੱਬਾ ਬੰਦ ਲਾਇਏ ਪਵਾਏ ਨੇ ਡੱਬਾ ਬੰਦ ਡੱਬਾ ਬੰਦ ਲਾਇਏ ਭਾਈ ਆਏ ਵਾਰ ਨਾ ਪੀਵੀ 13 ਵਾਲੇ ਜਾਣੀ ਐ ਏਸੀ ਗੱਲ ਨੂੰ ਜਾਂਦੇ ਨੇ ਕਹਿੰਦੇ ਵੀ ਇਹ ਪਾਉਂਦੇ ਨੇ ਡੱਬਾ ਬੰਦ ਲਾਏ ਹਾਂ ਕਹਿੰਦੇ ਜਿਹਨੇ ਡੱਬਾ ਬੰਦ ਲਾਏ ਗੱਡੀ ਤੇ ਪਵਾਏ ਉਹ ਕੋਣ ਹੁੰਦੇ ਨੇ ਭਾਈ ਉਹ ਪੀਵੀ 13 ਵਾਲੇ ਨੇ ਭਾਈ ਲਓ ਜੀ 11 ਮਾਡਲ ਕਿੰਨਾ ਮੁੱਲ ਕਰਦਾ ਇਹਦਾ 210000 ਰੁਪਇਆ ਕਿੰਨਾ ਘਟੋਗੇ ਮੌਕੇ ਤੇ ਮਾਨਤਨ ਕਰ ਦਾਂਗੇ ਬੰਦੇ ਦੇ ਮੌਕੇ ਤੇ ਹਾਂ ਜਿਹੜਾ ਬੰਦਾ ਦੂਰੋਂ ਆਏਗਾ ਉਹਦਾ ਆਉਣ ਜਾਣ ਦਾ ਖਰਚਾ ਦੇ ਦਾਂਗੇ ਆਉਣ ਜਾਣ ਦਾ ਖਰਚਾ ਆਉਣ ਜਾਣ ਦਾ ਇਹ ਸਿਰਫ 35000 ਚੱਲੀ ਕਾਰ ਹੈ 35000 ਜੇ ਮੀਟਰ ਬੈਗ ਹੋਵੇ ਮੀਟਰ ਬੈਗ ਹੋਊਗਾ ਪੱਕਾ ਬਾਈ ਕਾਰ ਫ੍ਰੀ ਦੇ ਦਾਂਗੇ ਆ ਨੰਬਰ ਹੈ ਗੱਡੀ ਦਾ ਨੰਬਰ ਚੈੱਕ ਕਰ ਲੋ ਰਿਕਾਰਡ ਚੈੱਕ ਕਰਵਾ ਲੋ ਕਾਰ ਫ੍ਰੀ ਦੇ ਦਾਂਗੇ ਜੇ ਮੀਟਰ ਬੈਗ ਹੋਵੇ ਸਿਰਫ 35000 ਚੱਲੀ ਹੈ ਦੇਖ ਇਹ ਸਿਰਫ 35000 ਚੱਲੀ ਕਾਰ ਹੈ 35000 ਜੇ ਮੀਟਰ ਬੈਕ ਹੋਵੇ ਮੀਟਰ ਬੈਕ ਹੋਊਗਾ ਪੱਕਾ ਬਾਈ ਕਾਰ ਫਰੀ ਦੇ ਦਾਂਗੇ ਆ ਨੰਬਰ ਹੈ ਗੱਡੀ ਦਾ ਨੰਬਰ ਚੈੱਕ ਕਰ ਲੋ ਰਿਕਾਰਡ ਚੈੱਕ ਕਰਵਾ ਲੋ ਕਾਰ ਫਰੀ ਦੇ ਦਾਂਗੇ ਜੇ ਮੀਟਰ ਬੈਕ ਹੋਵੇ ਸਿਰਫ 35000 ਚੱਲੀ ਐ ਦੇਖ ਲੋ ਪੱਕਾ ਫੁੱਲ ਗਾਰੰਟੀ ਵੀਰੇ ਭਰਾਣਿਆ ਬਣੇ ਵੀ ਕੋਈ ਚੱਕਰ ਨਹੀਂ ਫੁੱਲ ਗਾਰੰਟੀ ਦੇ ਦਾਂਗੇ ਬਾਈ ਦੇਖ ਲੋ ਫੁੱਲ ਗਾਰੰਟੀ ਐ ਵੈਸੇ ਬਾਈ ਹਰਦਾ ਯਕੀਨ ਐ ਠੀਕ ਐ ਜੀ ਜਿਹੜੀ ਗੱਲ ਕਹਿਣਗੇ ਤਾਂ ਕਹਿਣਗੇ ਸਹੀ ਗੱਲ ਹੈਗੀ ਤੇ ਕਾਰ ਬਹੁਤ ਸੋਹਣੀ ਐਗੀ ਸਿਲਵਰ ਕਲਰ ਦੀ ਤੇ ਮਾਡਲ ਕਿੰਨਾ ਬਾਈ 2011 11 ਉਹ ਵੀ 12ਵੇਂ ਮਹੀਨੇ ਦੀ ਮੈਂ ਦੇਖ ਰਿਆ ਹਾਂ ਹਾਂ 12ਵੇਂ ਮਹੀਨੇ ਦੀ 12 12 ਮੰਨ ਸਕਦੇ ਆਂ ਕਿ ਠੀਕ ਹੈ ਜੀ ਐਂਡ ਐਂਡ ਜੇ ਦੀ ਹੈ ਬਿਲਕੁਲ ਐਂਡ ਜੇ ਦੀ ਹੈ ਲਓ ਜੀ ਬਈ ਇੰਜਨ ਦੇਖੋ ਨਵੀਂ ਸਾਫ ਬਈ ਹੁਣ ਦੱਸੋ 34000 ਚੱਲੀ ਵਾਲੀ ਹੈਗੀ 35000 ਵਾਲੀ ਕਿ ਨਾ ਇਹਦਾ ਮੁੱਲਾ ਦਾ ਹੋਰ ਵੀ ਘੱਟ ਚੱਲੀ ਹੋ ਬਈ ਜੇ ਸਾਹਣੇ ਕਿ ਉਹ ਮੀਟਰ ਚੱਲਦੀ ਚੱਲੀ ਹੋਈ ਨਹੀਂ ਇਹ ਤਾਂ ਉਹ ਸਾਫ ਸੁਥਰੀ ਕਾਰ ਹੈ ਬਈ ਦੇਖੋ ਹਨਾ ਬਈ ਵਾਕੀ ਬਾਈ ਜਿਹੜੀ ਗੱਲ ਕਹਿਤੀ ਤਾਂ ਕਹਿਤੀ ਹੈ ਨਾ ਚੀਜ਼ ਚੀਜ਼ ਦਾ ਮੁੱਲ ਹੁੰਦਾ ਬਾਈ ਹਨਾ ਘੱਟ ਚੱਲੀ ਤੇ ਮੁੱਲ ਵੀ ਜਾਇਜ਼ ਕਈ ਵਾਰ ਆਪਾਂ ਆਲਟੂਆ ਵੇਨੇ ਆ ਉਹਨਾਂ ਨੂੰ ਜਾਰਾ ਜਿਹਦੀ ਰਸਟਿੰਗ ਆ ਜਾਂਦੀ ਏ ਇਹ ਕਿਸੇ ਕਾਰ ਦੀ ਇੱਕ ਦਾਣਾ ਵੀ ਰਸਟਿੰਗ ਨਹੀਂ ਹੈਗੀ ਕਿਸੇ ਕਾਰ ਦੀ ਸਾਰੀਆਂ ਨੇ ਆਪਾਂ ਬੋਨਟ ਚੱਕ ਕੇ ਵਿਖਾ ਦਾਂਗੇ ਅੰਦਰੋਂ ਵੇਖ ਲਓ ਅਗਲੀ ਕਾਰ ਗੁਰਪ੍ਰੀਤ ਆ ਦਿਖਾਵਾਂ ਅੰਦਰੋਂ ਅੰਦਰੋਂ ਪੂਰੀ ਵਧੀਆ ਕਾਰ ਹੈ ਬਈ ਪੂਰੀ ਸਾਫ਼ ਜੀ ਕੇਟ ਹੈ ਨਾ 11 ਮਾਡਲ ਹੈ ਵੀ ਦੇਖੋ ਬਈ ਜਿਹੜੇ ਨਾ ਕਹਿੰਦੇ ਨੇ ਬਾਈ ਜੀ ਵੀਰ ਕਾਰ ਮਹਿੰਗੀਆਂ ਮਹਿੰਗੀਆਂ ਆਹ ਚੀਜ਼ ਨੂੰ ਮਹਿੰਗੀ ਹੁੰਦੀ ਹੈ ਬਾਈ ਕਾਰ ਪਰ ਇੱਥੇ ਇਥੇ ਸਸਤੀ ਹੈ ਕਾਰ ਕਿਉਂਕਿ ਕਾਰ ਵਧੀਆ ਗਈ ਤੁਹਾਡੇ ਸਾਹਮਣੇ ਹੈਗੀ ਤੇ 11ਵੇਂ ਦੇ 12ਵੇਂ ਮਹੀਨੇ ਦੀ ਹੈ ਠੀਕ ਹੈ 2011 ਦੇ ਤੇ ਕੰਡੀਸ਼ਨ ਵਧੀਆ ਪਈ ਹੈ ਓਵਰਾਲ ਸਕਰੈਚ ਲੈਸ ਕੰਡੀਸ਼ਨ ਦੀ ਕਾਰ ਹੈਗੀ ਤੇ ਬਾਈ ਕਮੀ ਉਹੀ ਇੱਕੋ ਹੀ ਕਮੀ ਹੈ ਨਾ ਕਾਰ ਦੀ ਬਸ ਇੱਕੋ ਕਮੀ ਹੈ ਲਜਾਨ ਵਾਲੇ ਦੀ ਲਜਾਨ ਵਾਲੇ ਦੀ ਕਿੰਨਾ ਮੁੱਲ ਹੈ ਤਾਂ ਕਾਰ ਦਾ 1,75,000 ਰੁਪਿਆ ਸਿਰਫ 1,75,000 11 ਮਾਡਲ ਕੇਟ ਹੈ ਨਾ 11 ਮਾਡਲ ਕੇਟ ਹੈ ਲਓ ਬਾਈ ਜੀ ਬਹੁਤ ਜਾਇਜ਼ ਰੇਟ ਆ ਤੇ ਕਾਰ ਪੂਰੀ ਸੋਹਣੀ ਆ ਸਾਫ਼ ਸੁਥਰੀ ਕਾਰ ਆ ਤੇ ਬਾਈ ਜੀ ਜਿਹੜੀ ਮੇਨ ਗੱਲ ਆ ਜਿਹੜੀ ਆਪਾਂ ਕਹਿੰਦੇ ਬਾਈ ਸਾਨੂੰ ਘੱਟ ਚੱਲੀ ਹੋਈ ਮਿਲ ਜੇ ਵਧੀਆ ਕਾਰ ਮਿਲ ਜੇ ਪਹਿਲੇ ਨਾਮ ਦੀ ਨਾ ਪਹਿਲੇ ਨਾਮ ਦੀ ਪਹਿਲੇ ਨਾਮ ਦੀ ਉਹ ਵਾਲੀ ਕਾਰ ਆ ਇਹ ਲੇਡੀਜ਼ ਦੇ ਨਾਮ ਆ ਡਾਕਟਰ ਆ ਲੇਡੀਜ਼ ਦੇ ਨਾਮ ਗੱਡੀ ਆ ਠੀਕ ਆ ਜੀ ਲਓ ਜੀ ਐਨਓਸੀ ਆਲ ਇੰਡੀਆ ਹਾਂ ਐਨਓਸੀ ਆਲ ਇੰਡੀਆ ਜਿੱਥੋਂ ਮਰਜ਼ੀ ਲੈ ਜਾਓ ਬਾਈ ਜਿੱਥੋਂ ਦੀ ਮਰਜ਼ੀ ਠੀਕ ਆ ਅਗਲੀ ਕਾਰ ਆ ਗਈ अगेन ਆਪਣੇ ਲਈ ਇਹ ਅਲਟੋ ਅਗਲੀ ਨਾ ਇਹ ਅਲਟੋ ਵਈ ਓਕੇ ਕੀ ਰੇਟ ਹੈ ਬਈ ਇਹ ਇਹ ਨਵਾਂ ਮਾਡਲ ਹੈ ਫਸਟ ਓਨਰ ਦੀ ਕਾਰ ਹੈ ਆ ਲੈਟਾ ਲੂਟਾ ਵੇਖ ਲਓ ਜਮਾ ਨਵੀਆਂ ਪਵਾ ਕੇ ਖੜਾਈ ਹੈ ਗੱਡੀ ਠੀਕ ਹੈ ਸਕ੍ਰੈਚ ਲੈਸ ਹੈ ਸਿਰਫ ਇੱਕ ਦੋ ਪੀਸੀ ਪੇਂਟ ਨੇ ਟੋਟਲ ਆਲਮੋਸਟ ਮੰਨ ਕੇ ਚਲੋ ਓਰੀਜਨਲ ਹੈ ਪਹਿਲੇ ਨਾਂ ਦੀ ਕਾਰ ਹੈ ਨਾ ਪਹਿਲੇ ਨਾਂ ਦੀ ਕਾਰ ਹੈ ਠੀਕ ਹੈ ਮੋਨਰ ਚੱਕ ਕੇ ਵਿਖਾ ਦਈਏ ਬਾਕੀ ਇੰਟੀਰੀਅਰ ਦੀ ਵਿਖਾ ਦਈਏ ਆਪਾਂ ਲਓ ਜੀ ਤਸੱਲੀ ਕਰੋ ਵੀਰੇ ਪੂਰੀ ਅੰਦਰੋਂ ਵੀ ਪੂਰੀ ਸਾਫ ਸੁਥਰੀ ਕਾਰ ਹੈ ਨਾ ਅਲਟੋ ਅੰਗਰੇਜ਼ੀ ਬਾਈ ਤੁਹਾਡੀ ਇੱਛਾ ਪੂਰੀ ਕਰਦੀ ਅਲਟੋ ਵੀ ਹੋਣੇ ਜਿੰਨਾ ਦੀ ਟਰਾਈਲੈਂਡ ਦੀ ਲੋਡ ਹੀ ਨਹੀਂ ਲੋਡ ਨਹੀਂ ਠੀਕ ਹੈ ਬਾਈ ਲਓ ਲਓ ਦੇਖ ਲਓ ਪੂਰੀ ਘੈਂਟਕਾਰ ਆ ਬਾਈ ਕਿਤੇ ਕੋਈ ਰਸਟਿੰਗ ਨਹੀਂ ਕਿਤੇ ਕੁਝ ਨਹੀਂ ਪੂਰੀ ਮੰਨ ਕੇ ਚੱਲੋ ਵੀ अल्टੋ ਦੇ ਨਾਲ ਸਭ ਤੋਂ ਜਿੱਥੇ ਏਸੀ ਵਾਲਾ ਪਾਇਪ ਹੁੰਦਾ ਇੱਥੇ ਰਸਟਿੰਗ ਆਉਣੀ ਕੰਪਲਸਰੀ ਹੈ ਇੱਥੇ ਹਾਂ ਪਰ ਆਪਣੀ ਕਿਸੇ ਵੀ ਕਾਰ ਦੇ ਇੱਥੇ ਕੋਈ ਰਸਟਿੰਗ ਨਹੀਂ ਇੱਥੇ ਆਉਂਦੀ ਆਉਂਦੀ ਹੈ ਹੂੰ ਕੋਈ ਮਰਜ਼ੀ अल्टੋ ਵੇਖ ਲਿਓ ਲਓ ਜੀ ਪੂਰੀ ਨਵੀਆਂ ਕਾਰਾਂ ਨੇ ਨੋ ਮਾਡਲ ਹੈ ਕਿੰਨਾ ਰੇਟ ਹੈ ਰੇਟ ਇਹੋ ਜਿਹਾ ਰੇਟ ਦੇ ਦਾਂਗੇ ਕਿ ਨਾ ਹੀ ਰੇਟ ਤੇ ਮਿਲਣੀ ਇਹੋ ਜੀ ਕੰਡੀਸ਼ਨ ਚ ਕਾਰ ਆ ਠੀਕ ਹੈ ਸਿਰਫ 90000 ਰੁਪਿਆ ਨਰੇ ਝੂਠ ਨਾ ਚੁੜਦਾ ਨਹੀਂ ਵੀਰੇ ਨਰੇ ਝੂਠ ਸੱਚ ਦਵਾਂਗੇ ਨੰਬਰ ਨੋਟ ਕਰ ਲੈਣ ਗੱਡੀ ਦਾ ਆਹ ਨੋਟ ਹਾਂ ਨੰਬਰ ਨੋਟ ਕਰ ਲੈ 9923 ਇਹ 6 ਦੀ ਹੈ ਨਾ ਵੀਡੀਓ ਦੇਖ ਲਈ ਤਾਂ ਫੋਨ ਕਰ ਲੋ ਫੋਨ ਕਰ ਲੋ ਸਿਰਫ 90000 ਦੀ ਦੇ ਦਾਂਗੇ ਸਿਰਫ 90000 ਚ ਲਓ ਬਾਈ ਜੀ ਉਹ ਹੋਰ ਇਸ ਤੋਂ ਵੀ ਸਸਤੀ ਆਪਾਂ ਕਹਿੰਦੇ ਕੀ ਨਾਲ ਪਹਿਲੇ ਨਾਂ ਦੀ ਕਾਰ ਹੈ ਤੇ ਕਾਰ ਵੀ ਵਧੀਆ ਸਟਾਰਟ ਕਰ ਬਾਈ ਗੱਡੀ ਨੂੰ ਸਟਾਰਟ ਕਰਕੇ ਦੇਖਦੇ ਆਪਾਂ ਸਟਾਰਟ ਕਰਕੇ ਵਿਖਾ ਦਿੰਨੇ ਆ ਹੂੰ ਲਓ ਜੀ ਬੋਨਟ ਚੱਕ ਦਿੰਨੇ ਆ ਪਹਿਲਾਂ ਲਓ ਬਾਈ ਬੋਨਟ ਚੱਕ ਦਿੰਨੇ ਆ ਪੰਜਨ ਬਹਿਦਾ ਮਲਾਈ ਵਾਂਗੂ ਜਮਾ ਪੂਰਾ ਸੁੱਤਾ ਪਿਆ ਇੰਦਨ ਦਲਦਾ ਦੇਖੋ ਦੇਖ ਲੋ ਕੋਈ ਸਾਊਂਡ ਐਕਸਟਰਾ ਸਾਊਂਡ ਨਹੀਂ ਹੈਗਾ ਜਦੋਂ ਮਤਲਬ ਵੀ ਆਪਾਂ ਕਹਿੰਦੇ ਸੁੱਤੀ ਪਈ ਚੱਲਦੀ ਹੈ ਬਾਈ ਐਸੀ ਆਪਾਂ ਕਹਿੰਦੀ ਵੀ ਜਿਵੇਂ ਵਰਨਾ ਦੇਖਣ ਦੀ ਲੋੜ ਨਹੀਂ ਸੀ ਪੈਂਦੀ ਉਵੇਂ ਉਲਟਵਾ ਦੇਖਣ ਦੀ ਵੀ ਕੋਈ ਲੋੜ ਨਹੀਂ ਠੀਕ ਹੈ ਚਾਬੀ ਚੱਕੋ ਲੈ ਜਾਓ ਬਸ ਓਕੇ ਅਗਲੀ ਕਾਰ ਬਾਈ ਅਗਲੀ ਵੀ ਅਗੇਨ ਅਲਟੋ ਹੈ ਮਾਡਲ ਮਾਡਲ 8 ਦੇ ਐਂਡ 'ਚ ਤੇ 9 ਦੇ ਪਹਿਲੇ ਮਹੀਨੇ ਦੀ ਰਜਿਸਟਰਡ ਹੈ 8/9 8/9 8/9 ਓਕੇ ਇਹ ਕਾਰ ਕੁੱਲ 50000 ਚੱਲੀ ਹੈ ਸਿਰਫ 50000 ਸਿਰਫ 50000 ਮੀਟਰ ਬੈਕ ਦੀ ਸਾਡੀ ਫੁੱਲ ਗਰੰਟੀ ਹੁਣ ਐਲਟੋ ਦਾ ਤਾਂ ਅਸੀਂ ਮੀਟਰ ਬੈਕ ਕਰਾਉਣਾ ਰਹੇ ਇਹਦਾ ਜੋ ਹੈਗਾ ਅਸੀਂ ਘੱਟ ਜੱਲੀਆਂ ਹੀ ਲਿਆਉਣੇ ਆ ਹੂੰ ਐਲਟੋਆਂ ਵੀ ਆਪਣੇ ਕੋਲ ਘੱਟ ਚ ਲੀਆਂ ਨੇ ਸਾਰੀ ਕਾਰ origignal ਹੈ ਜੋ ਡੈਂਡੰਟ ਹੈਗਾ origignal ਹੈ ਠੀਕ ਹੈ ਬਾਈ ਲਓ ਬਈ ਗੁਰਪ੍ਰੀਤ ਆਇਆ ਇੱਕ ਵਾਰ ਦਿਖਾ ਦੀ ਅੰਦਰੋਂ ਕਾਰ ਲਓ ਜੀ ਅੰਦਰੋਂ ਬਈ ਪੂਰੀ ਸਾਫ ਸੁਥਰੀ ਕਾਰ ਹੈਗੀ ਓਕੇ ਦੀ ਰਿਪੋਰਟ ਕਾਰ ਹੈ ਐਲਐਕਐਸਆਈ ਹੈ ਨਾ ਬਾਈ LXI ਸਾਰੀਆਂ okay. LXI ਨੇ ਠੀਕ ਲਓ ਜੀ ਬੋਨਟ ਚੱਕ ਕੇ ਦਿਖਾ ਦਈਏ ਦਾ ਬੋਨਟ ਚੱਕ ਕੇ ਵਿਖਾ ਦਿੰਨੇ ਆ ਲਓ ਜੀ ਪੂਰਾ ਸਾਫ ਸੁਥਰਾ ਹੈ ਬਾਈ ਪੂਰੀ ਐਂਡ ਗੱਲ ਲਵਾਦਾ ਹੈ ਬਾਈ ਕਹਿੰਦੇ ਉਹੀ ਨਹੀਂ بیوی ਤੇਰੇ ਵਾਲੇ ਜਾਣੇ ਆਂਦੇ ਨਾ ਘੈਂਟ ਗਾਰਾਂ ਵਾਸਤੇ ਆਸ ਦੇਖ ਲਓ ਤੁਹਾਡੇ ਸਾਹਮਣੇ ਆ ਲਓ 8 ਮਾਡਲ ਹੈ ਠੀਕ ਹੈ ਇਹਦਾ ਸ਼ੀਸ਼ਾ ਫਰੰਟ ਤੇ ਸ਼ੀਸ਼ਾ ਤੱਕ ਵੀ ਨਾਲ ਦਈਆ ਕਾਰ ਦਾ ਫਰੰਟ ਸ਼ੀਸ਼ਾ ਵਿਖਾ ਦਈਏ ਫਰੰਟ ਸ਼ੀਸ਼ਾ ਤੱਕ ਵੀ ਨਾਲ ਦੀਆ ਠੀਕ ਹੈ ਜੀ 8 ਮਾਡਲ ਬਾਈ ਕਿੰਨਾ ਰੇਟ ਰੱਖਿਆ ਕਾਰ ਦਾ 118000 ਰੁਪਿਆ 118000 ਰੁਪਇਆ 18000 ਓਕੇ ਮੌਕੇ ਤੇ ਮੌਕੇ ਦੇ ਮਾਤਰਾਣ ਕਰਦਾਂਗੇ ਦੂਰੋਂ ਆਉਣਗੇ ਭਰਾ ਤੇ ਬਾਕੀ ਟੋਟਲ ਆਲਮੋਸਟ ਪੂਰੀ ਪੂਰੀ ਰੇਟ ਬੋਲੇ ਨੇ ਜਿਆਦਾ ਕੋਈ ਵੱਧ ਦੱਸਿਆ ਵੀ ਨਹੀਂ ਇਹ ਨਹੀਂ ਹੈਗਾ ਕਿ ਆਪਾਂ ਡੇਢ ਮੰਗ ਕੇ ਸਵਾਜ ਦੇ ਦੀ ਉਹ ਕੰਮ ਆਪਣਾ ਹੈ ਹੀ ਨਹੀਂ ਲਓ ਜੀ 118000 ਮੁੱਲ ਰੱਖਿਆ ਕਾਰ ਦਾ ਤੇ ਕਾਰ ਉਹੀ ਗਾੜੇ ਕੰਡੀਸ਼ਨ ਬਈ A1 ਮਿਲੂ ਤੁਹਾਨੂੰ A1 ਅਗਲੀ ਕਾਰ ਬਈ ਅਗਲੀ ਨੋ ਮਾਡਲ अल्टੋ LX ਹੈ ਫਰਸਟ ਓਨਰ ਦੀ ਕਾਰ ਹੈ ਵੀ ਠੀਕ ਹੈ ਇਹ ਕੁੱਲ 42000 ਚੱਲੀ ਹੈ ਕਾਰ ਫਰੰਟ ਸ਼ੀਸ਼ਾ ਇਹਦਾ ਵੀ ਨਾਲ ਦਾ ਹੈ ਇਹ ਸਿਰਫ ਇੱਕ ਲੇਡੀਜ਼ ਦੇ ਨਾਮ ਦੀ ਕਾਰ ਉਹਨਾਂ ਨੇ ਸਿੱਖਣ ਲਈ ਲਈ ਸੀ ਠੀਕ ਹੈ ਜੀ ਇੱਕ ਸਿੱਖਣ ਲਈ ਕਾਰ ਬਸ ਜਦੋਂ ਸਿੱਖ ਗਏ ਉਹਨਾਂ ਨੇ ਗੱਡੀ ਵੱਡੀ ਲੈ ਲਈ ਇਹ ਉਹਨਾਂ ਨੇ ਸਾਨੂੰ ਦਿੱਤੀ ਓਕੇ ਆਪਾਂ ਹੁਣ ਅੱਗੇ ਦਰਸ਼ਕਾਂ ਨੂੰ ਦੇ ਦੇਣੀ ਹੈ ਜਿਹੜੇ ਆਪਣੀ ਵੀਡੀਓ ਦੇਖ ਰਹੇ ਨੇ ਮਿੱਤਰਾਂ ਨੂੰ ਦੇ ਦਾਂਗੇ ਲਓ ਜੀ ਸਿਲਵਰ ਕਲਰ ਦੀ ਕਾਰ ਹੈ ਬਾਈ ਖੋਲ ਦੋ ਵਾਹਣ ਇੱਕ ਵਾਰ ਗੁਰਪ੍ਰੀਤ ਅੰਦਰੋਂ ਵੀ ਦਿਖਾਉ ਕਾਰ ਨੂੰ ਅੰਦਰੋਂ ਵੇਖ ਲਓ ਲਓ ਜੀ ਸੀਟ ਕਵਰ ਸਾਰਾ ਕੁਝ ਨਵਾਂ ਪਿਆ ਇੰਟੀਰੀਅਰ ਵਾਈਜ਼ ਬਹੁਤ ਨਵੀਂ ਹੈ ਓਕੇ ਦੀ ਰਿਪੋਰਟ ਹੈ ਬਾਈ ਆਗਲੀ ਕਾਰ ਦੇ ਅਗਰ ਆਪਾਂ ਬੌਂਡ ਚੱਕ ਦਾ ਕਰਦਾ ਦੇਖੋ ਕੰਡੀਸ਼ਨ ਦਾ ਬਈ ਓਕੇ ਦੀ ਰਿਪੋਰਟ ਆ ਪੂਰੀ ਸੈਂਟਰ ਲੋਕਿੰਗ ਆ ਬਈ ਇਹ ਸੈਂਟਰ ਲੋਕ ਹੈ ਵੀਰੇ ਓਕੇ ਸੈਂਟਰ ਲੋਕਿੰਗ ਹੈਗੀ ਗਾਰ ਪੂਰੀ ਸਾਫ਼ ਸੁਥਰੀ ਬਈ ਆ ਵੇਖ ਲੋ ਕੋਈ ਗੋਡੇ ਗੋਡੇ ਕੋਈ ਰਸਟਿੰਗ ਨਹੀਂ ਕਿਤੇ ਕਿਤੇ ਸਾਰੀ ਕਾਰ ਨਵੀਂ ਪਈ ਐ ਵੀ ਕੱਲ ਨੂੰ ਅਗਲਾ ਜਾ ਕੇ ਇਹ ਨਹੀਂ ਕਹੂਗਾ ਬਾਈ ਵੀ ਤੂੰ ਯਾਰ ਮਾੜੀ ਕਾਰ ਲਿਆ ਹਾਂ ਮਾੜੀ ਕਾਰ ਬਿਲਕੁਲ ਵੀ ਉਹ ਬੰਦਾ ਨੇ ਤਾਂ ਤੈਨੂੰ ਮਾੜੀ ਕਾਰ ਮਾਰ ਦਿੱਤੀ ਵੀ ਕਹੂਗਾ ਬਾਈ ਠੀਕ ਐ ਬਹੁਤ ਸੋਹਣੀ ਕਾਰ ਐ ਕੋਈ ਰਸਟਿੰਗ ਅਗਲਾ ਕਮੀ ਲੱਭਦਾ ਰਹਿ ਜਾਂਦਾ ਪਰ ਮਿਲਦੀ ਨਹੀਂ ਕਮੀ ਬਾਕੀ ਨਾਲੇ ਪੈਸੇ ਵੀ ਜਾਇਜ਼ ਨਹੀਂ ਹੁੰਦਾ ਕੋਈ ਨਜਾਇਜ਼ ਨਹੀਂ ਜਾਇਜ਼ ਪੈਸਿਆਂ ਚ ਵਧੀਆ ਕਾਰ ਆ ਅੱਗੇ ਗਰਮੀ ਦਾ ਟਾਈਮ ਐ ਮੋਟਰਸਾਈਕਲ ਨਾਲੋਂ ਚੰਗਾ ਤਾਂ ਇਹ ਗੱਡੀਆਂ ਨੇ ਐਲਟੋ ਜਿਹੜੀਆਂ ਲੈ ਕੇ ਆਏ ਆ ਆਪਾਂ ਸਹੀ ਗੱਲ ਆਈ ਹਾਂ ਓ ਕਿਤੇ ਆਪਣੇ ਲੱਖ ਸਵਾ ਲੱਖ ਤਾਂ ਉਹ ਵੀ ਮੋਟਰਸਾਈਕਲ ਪੈਂਦੇ ਜਾਂ ਬਿਲਕੁਲ ਏਸੀ ਥੱਲੇ ਬਹਿ ਕੇ ਜਾਵਾਂਗੇ ਸਾਰੀਆਂ ਦੇ ਏਸੀ ਚੱਲਦੇ ਨੇ ਓਕੇ ਨਾਲ ਬੰਦੇ ਵੀ 4 ਬੰਦੇ ਨੇ ਬੰਦੇ 4 ਬੰਦੇ ਨੇ ਆ ਕਿੰਨਾ ਮੁੱਲ ਹੈ ਦਾ ਬਾਈ ਇਹਦਾ 1,115,000 ਰੁਪਿਆ 1,115,000 ਮੁੱਲ ਲਓ ਜੀ 1,115,000 ਮੁੱਲ ਓਨਰ ਪਹਿਲੀ ਹੈ ਓਨਰ ਪਹਿਲੇ ਠੀਕ ਹੈ ਤੇ ਉਸ ਤੋਂ ਬਾਅਦ ਅਗਲੀ ਕਾਰ ਆ ਗਈ ਬਾਈ ਆਪਣੇ ਲਈ i10 ਹਨਾ i10 13 ਮਾਡਲ ਇਰਾ ਇਰਾ ਪੈਟਰੋਲ ਦੀ ਹੈ ਪੈਟਰੋਲ ਦੀ ਹੈ ਓਕੇ ਹਰਿਆਣੇ ਵਾਲਿਆਂ ਲਈ ਬਹੁਤ ਵਧੀਆ ਮੌਕਾ ਹੈ ਹਾਂਜੀ ਐਚ ਆਰ ਨੰਬਰ ਦੀ ਹੈ ਫਸਟ ਓਨਰ ਦੀ ਕਾਰ ਹੈ ਹੂੰ ਚੱਲੀ ਸੋਚੋ ਕਿੰਨੀ ਚੱਲੀ ਹੋ ਸਕਦੀ ਹੈ ਤੇ ਇਹਨਾਂ ਮਾਡਲ ਆ ਬਈ 80000 ਦੇ ਦਰ ਲਈ ਹੋਣੀ ਘੱਟੋ ਘੱਟ ਕੁੱਲ 36000 ਚੱਲੀ ਹੈ 36000 ਜੇ ਮੀਟਰ ਬੈਕ ਹੋਇਆ ਫੇਰ ਕਾਰ ਫ੍ਰੀ ਦੇ ਦਾਂਗੇ ਨੰਬਰ ਨੋਟ ਕਰ ਲਓ ਕਾਰ ਦਾ ਪੱਕਾ ਬਈ ਪੱਕਾ ਨੰਬਰ ਵੀ ਬਈ 14 15 ਠੀਕ ਹੈ ਜੀ 14 15 14 15 ਨੰਬਰ ਆ ਕਾਰ ਦਾ ਜੇ ਮੀਟਰ ਬੈਕ ਹੋਇਆ ਤਾਂ ਮੈਂ ਆਪ ਆ ਕੇ ਫ੍ਰੀ ਦਵਾਉਂਗਾ ਬਿਲਕੁਲ ਪੱਕਾ ਵੀ ਦੇ ਮੁਕਤੀ ਨਾ ਦੇ ਨਾ ਨਹੀਂ ਮੁਕਰਦੇ ਵੀਰੇ ਲਓ ਬਈ ਸਿਰਫ 70000 36000 ਚੱਲੀ 36000 ਕਿਲੋਮੀਟਰ ਚੱਲੀ ਹੋਈ ਲੋ ਜੀ 36000 ਚੱਲੀ ਦੀ ਮੈਂ ਇੱਕ ਚੀਜ਼ ਹੋਰ ਦੱਸਾਂ ਬਈ ਕਿਵੇਂ ਚੱਲੀ ਹੁੰਦੀ 36000 ਆਜੋ ਇੱਕ ਦਾ ਬਈ ਤੁਸੀਂ ਸਟੀering ਦੇਖ ਲਓ ਹਾਂ ਵੇਖ ਲਓ ਸਟੀering ਬਿਲਕੁਲ ਨਵਾਂ ਪਿਆ ਹਨਾ ਇਹ ਚੀਜ਼ ਹੋ ਗਈ ਸਟੀਰੀਓ ਲੱਗਿਆ ਨਹੀਂ ਹੋਇਆ ਕਾਰ ਦੇ ਵਿੱਚ ਇਹ ਚੀਜ਼ ਹੋ ਗਈ ਬਿਲਕੁਲ ਉਹ ਆਪਾਂ ਕਹਿੰਦੇ ਬ੍ਰੇਕ ਪੈਡ ਦੇਖ ਲਓ ਬਿਲਕੁਲ ਸਾਫ਼ ਹੋ ਗਏ ਇਹ ਚੀਜ਼ ਹੋ ਗਈ ਫਰੰਟ ਸ਼ੀਸ਼ਾ ਵੇਖ ਲਓ ਨਾਲ ਦਾ ਫਰੰਟ ਸ਼ੀਸ਼ਾ ਨਾਲ ਦਾ ਤੇ ਉਹ ਦੇਖੋ ਗੇਅਰ ਵਾਲਾ ਗੇਅਰ ਵਾਲਾ ਉਹ ਸਿਸਟਮ ਨਹੀਂ ਘਸਿਆ ਹੋਇਆ ਤੇ ਨਾ ਇਧਰ ਲੱਖ ਚੱਲੀ ਹੁੰਦੀ ਬੰਦਾ ਪਹਿਲਾਂ ਤਾਂ ਡੈਕ ਲਵਾਉਂਦਾ ਨਾ ਇਹਦੇ ਪਾਵਰ ਵਿੰਡੋ ਕਸੀ ਨਹੀਂ ਆ ਵੀ ਕੁਝ ਨਹੀਂ ਭਾਈ ਜੀ ਸਾਰਾ ਇੰਟੀਰੀਅਰ ਹੈ ਜਿਹੜਾ ਬਿਲਕੁਲ ਸਾਫ਼ ਸੁਥਰਾ ਪਿਆ ਕਾਰ ਦਾ ਇਹ ਹੀ ਚੀਜ਼ਾਂ ਕਾਰ ਜਿਹੜੇ ਦੇਖਣ ਵਾਲੇ ਹੁੰਦੀਆਂ ਨੇ ਭਾਈ ਜੀ ਪੂਰੀ ਸਾਫ਼ ਆ ਗਈ ਜਾਂ ਨਹੀਂ ਹੈਣਾ ਬਈ ਬਿਲਕੁਲ ਵੀਰੇ ਬਿਲਕੁਲ ਵੀ ਇਹ ਚੀਜ਼ਾਂ ਵੀ ਕਾਰ ਨੂੰ ਸਾਫ਼ ਸੁਥਰੀ ਤੇ ਵਧੀਆ ਤੇ ਥੋੜੀ ਜੀ ਬਾਕੀ ਨਾਲੋਂ ਮਹਿੰਗੀ ਬਣਾਉਂਦੀਆਂ ਨੇ ਮਹਿੰਗੀ ਬਣਾਉਂਦੀਆਂ ਨੇ ਬਿਲਕੁਲ ਅ ਗਾਰੰਟੀ ਤਾਂ ਬਾਈ ਨੇ ਦੇ ਦਿੱਤੀ ਠੀਕ ਹੈ ਜੀ ਬਾਕੀ ਯਾਰ ਰਿਪੋਰਟ 00 ਨਿਕਲੂ ਤੁਹਾਨੂੰ ਕੋਈ ਦਿੱਕਤ ਨਹੀਂ ਹੋਣ ਦੀ ਲੋੜ ਮਾਡਲ ਤੇ ਨਾ ਉਹਨਾਂ ਓਨਰ ਫਰਸਟ ਪੇਂਟ ਛੇਂਡ ਟੱਚਿੰਗ ਪੇਂਟ ਪੇਂਟ ਛੇਂਡ ਸਿਰਫ ਅਗਲਾ ਬੰਪਰ ਪੇਂਟ ਹੈ ਠੀਕ ਹੈ ਬਾਕੀ ਸਾਰੀ ਰਿਜਨਲ ਬਾਕੀ ਸਾਰੀ ਰਿਜਨਲ ਆਹ ਜਿਹੜਾ ਡੱਜ ਰੂਟਾ ਨੇ ਰਿਜਨਲ ਹੀ ਨੇ ਜੈਨੂਅਲ ਆ ਭਾਈ ਜਿਹੜੇ ਹਲਕੇ ਫੁਲਕੇ ਡੈਂਟ ਚਿਹਰੀ ਟਾਂ ਠੀਕ ਹੈ ਇਹ ਸਾਰੇ ਜੈਨੂਅਲ ਹੀ ਨੇ ਜਿਹੜੇ ਹੈਗੇ ਨੇ ਵੀ ਇਸ ਚੀਜ਼ ਦਾ ਬੰਦਾ ਇਤਰਾਜ਼ ਨਾ ਕਰੇ ਵੀ ਜੇ ਕਹੋਗੇ ਤਾਂ ਉਸ ਹਿਸਾਬ ਨਾਲ ਭਾਈ ਐਡਜਸਟਮੈਂਟ ਹੋ ਜਾਊਗੀ ਹੈਨਾ ਹੋ ਜੀ ਬਿਲਕੁਲ ਵੀਰੇ ਵੀ ਐਜ਼ ਇਟ ਇਜ਼ ਦੀ ਕਾਰ ਮਤਲਬ ਵੀ ਬਹੁਤ ਸੋਹਣੀ ਕਾਰ ਹੈਗੀ ਹੈ ਨਾ ਕਿੰਨਾ ਮੁੱਲ ਆ ਭਾਈ ਇਹਦਾ 215000 ਰੁਪਇਆ ਇਹ ਤੇ ਲੋਨ ਹੋ ਜੂਗਾ 1.5 ਲੱਖ ਰੁਪਈਆ ਦਾ 1.5 ਲੱਖ ਰੁਪਈਆ ਮੰਨ ਲਓ ਵੀ 50 ਹਜ਼ਾਰ ਰੁਪਏ ਡਾਊਨ ਪੇਮੈਂਟ ਦੇ ਕੇ ਕਾਰ ਮਿਲ ਜੂ ਤੁਹਾਨੂੰ ਤੇ ਕਾਰ ਬਾਈ ਪੂਰੀ ਕੰਚ ਵਰਗੀ ਕਾਰ ਹੈਗੀ ਹੱਥ ਲਾਏ ਮੈਲੀ ਹੋਣ ਵਾਲਾ ਕੰਮ ਹੈਗਾ ਕਾਰ ਬਹੁਤ ਸੋਹਣੀ ਕਾਰ ਹੈਗੀ ਕਿਸੇ ਨੇ ਪਰਚੇਜ਼ ਕਰਨੇ ਛੇਤੀ ਫੋਨ ਚੱਕ ਲਓ ਹੈਂਟ ਕਾਰਾਂ ਤੇ ਵਧੀਆ ਕਾਰਾਂ ਤੇ ਬਈ ਜੀ ਨਿਆਰੇ ਦਾ ਕਾਰ ਲੈਣ ਵਾਸਤੇ ਕਾਲ ਕਰ ਲਓ ਪੀਵੀ 13 ਕਾਰ ਵਯਾਰ ਮਿੰਨੀ ਕਾਰ ਵਯਾਰ ਹੁਣ ਮਿੰਨੀ ਕਾਰ ਦੋ ਕਾਰ ਵਯਾਰ ਵਾਈਆਂ ਦੇ ਠੀਕ ਹੈ ਜੀ ਇੱਕ ਤੇ ਤੁਹਾਨੂੰ ਮਿਲ ਲੇਗਾ ਬਜਟਡ ਕਾਰ ਇੱਕ ਤੇ ਮਿਲਨੇ ਆ ਥੋੜੀ ਲਗਜ਼ਰੀ ਲਗਜ਼ਰੀ ਟਾਈਪ ਕਾਰਾਂ ਠੀਕ ਹੈ ਜੀ ਤੇ ਹੁਣ ਕਾਲ ਕਰ ਲਓ ਕਿਸੇ ਨੇ ਵੀ ਕੋਈ ਵੀ ਕਾਰ ਲੈਣੀ ਹੋਵੇ ਪੀਵੀ 13 ਕਾਰ ਵਯਾਰ ਮਿੰਨੀ ਕਾਰ ਵਯਾਰ ਦਿੱਤੇ ਬਾਈ ਪ੍ਰਦੀਪ ਨਾਲ ਗੱਲਬਾਤ ਅੱਜ ਕੀਤੀ ਸੀ ਤੇ ਹੋਰ ਕੋਈ ਵੀ ਗੱਲਬਾਤ ਕਰਨੀ ਆ ਫੋਨ ਕਰ ਲਓ ਮਿਲਾਂਗੇ ਨੈਕਸਟ ਵੀਡੀਓ ਚ ਨਵੀਆਂ ਕਾਰਾਂ ਦੇ ਨਾਲ ਤਦ ਤੱਕ ਲਈ ਸਸਿਕਾ ਸਸਿਕਾ